ਨੂੰ ਮੇਰੇ ਤੇ ਪਿਆਰ ਆ ਜਾਏ। ਵੇਖੋ ਸਾਹਬਾਂ ਨੇ ਕਿਵੇਂ ਦੀ ਮੁਹੱਬਤ ਕੀਤੀ। ਹਜ਼ਰਤ ਅਬੂਬਕਰ ਸਦੀਕ ਨੇ ਜਦੋਂ ਕਲਮਾ ਪੜ੍ਹਿਆ ਨਾ, ਚੱਲਦਿਆਂ ਚੱਲਦਿਆਂ ਹਜ਼ੂਰ ਦੀ ਬਾਰਗਾਹ ਦੇ ਅੰਦਰ ਆ ਕੇ ਕੀਤੀ, ਸੋਹਣਿਆ ਚਲੋ ਹੁਣ ਤੇਰੀ ਅਗਲੀਆਂ 'ਚ ਜਾ ਕੇ ਦੀਨ ਦੀ ਤਬਲੀਗ ਕਰੀਏ। ਮੇਰੇ ਨਬੀ ਫਰਮਾਇਆ ਸਦੀਕ ਇਹ ਕਾਫਰਾਂ ਨੇ ਸਾਡੇ ਤੇ ਪਾਬੰਦੀ ਲਾਈ, ਸਾਨੂੰ ਇਬਾਦਤ ਕਰਨ ਵਾਸਤੇ ਬਾਹਰ ਨਹੀਂ ਜਾਣ ਦਿੰਦੇ। ਹਜ਼ਰਤ ਅਬੂਬਕਰ ਸਦੀਕ ਅਰਜ਼ ਕਰਦੇ ਨੇ, ਸੋਹਣਿਆ ਹੁਣ ਤੁਮ ਖੈਰਾ ਉਮਤੀ ਨੂੰ ਖਰੀਦਾ ਦਿਨੀ ਨਾਸ, ਸੋਹਣਿਆ ਜਿਹੜਾ ਤੇਰਾ ਹੋ ਜਾਏ ਨਾ ਕਾਫਰਾਂ ਤੱਕ ਕਿਉਂ ਡਰਦਾ ਹੈ। ਕਮਲੀ ਵਾਲੇ ਅੱਜ ਜਾ ਕੇ ਦੀਨ ਦੀ ਤਬਲੀਗ ਕਰੀਏ। ਅਦਰਾਤ ਮੇਰੇ ਹਜ਼ੂਰ ਨੇ ਫਰਮਾਇਆ, ਅਬੂ ਬਕਰ ਜੇ ਤੂੰ ਇਸਰਾਰ ਕਰਨਾ ਹੈ ਚੱਲ ਮੈਂ ਵੀ ਤੇਰੇ ਨਾਲ ਚੱਲਣਾ। ਉੱਚਾ ਯਾਰ ਸੁਭਾਨ ਅੱਲਾਹ ਅਦਰਾਤੇ ਦੀ ਬਕਾਰ ਮੇਰੇ ਨਬੀ, ਚੱਲਦਿਆਂ ਚੱਲਦਿਆਂ ਮੱਕੇ ਦੀਆਂ ਗਲੀਆਂ ਦੇ ਅੰਦਰ ਆਏ ਨੇ, ਆ ਕੇ ਤਾਂ ਪੱਥਰ ਦੇ ਥੱਲੇ ਹੋ ਗਏ ਨੇ। ਮੇਰੇ ਨਬੀ ਫਰਮਾਇਆ ਕਾਫੀਰੋ ਦੱਸੋ ਨਾ ਕਿਵੇਂ ਲਾਵਾਂ। ਕਾਫਰ ਆਉਂਦੇ ਨੇ, ਸੋਹਣਿਆ ਤੂੰ ਸੱਚਾ ਵੀ ਹੈ, ਤੂੰ ਅਮਾਨਤਦਾਰ ਵੀ ਹੈ, ਤੈਨੂੰ ਅੱਜ ਤੱਕ ਝੂਠ ਬੋਲਦਿਆਂ ਨਹੀਂ ਵੇਖਿਆ। ਪੁੱਤਰਾ ਜੀ ਦੇ ਪਿੱਛੇ ਦੀ ਮਾਰ ਖਾਦੀ ਆ।
ਅਬੂ ਬਕਰ ਸਦੀਕ ਨੂੰ ਲੈ ਆਓ ਮੇਰੇ ਨਬੀ ਦੀ ਬਾਰਗਾਹ ਦੇ ਅੰਦਰ ਲੈ ਕੇ ਆਏ ਨੇ ਮੇਰੇ ਨਬੀ ਨੇ ਸਦੀਕ ਦਾ ਚਿਹਰਾ ਵੇਖਿਆ ਮੇਰੇ ਨਬੀ ਉੱਠ ਕੇ ਖਲੋ ਗਏ ਮੇਰੇ ਨਬੀ ਨੇ ਫਰਮਾਇਆ ਸਦੀਕ ਨਾਲ ਤੈਨੂੰ ਆਖਿਆ ਸੀ ਜਿਹੜਾ ਮੇਰੇ ਨਾਲ ਨਾ ਰਹਿੰਦਾ ਏ ਇਹ ਕਾਫਰ ਦੀ ਜਾਨ ਦੇ ਦੁਸ਼ਮਣ ਬਣ ਜਾਂਦੇ ਨੇ ਅੱਲਾ ਕੀਤੀ ਸੋਹਣਿਆ ਨਾ ਉਹ ਕਾਬਾ ਤੇ ਨਾ ਕਰ
غلام ویکھدا وے حضرات ویکھو کہ میری محبت ہے میرا نبی دے غلام بیٹھے ہوئے نے صحابہ بھی بیٹھے ہوئے نے حضور علیہ الصلوۃ والسلام منبر تے تشریف فرما رہے ہیں میرے نبی فرمایا میرے غلامو ایک قبیلہ آ جائے گا میں ٹھنڈے تے گرم پانی دی لوڑ پڑنی ہے نالے ایک غلام دی لوڑ پڑنی ہے حضرات سارے غلام اٹھ کے اپنے گھراں نوں چلے گئے او ویلہ آ گیا اللہ فرمایا سونے سیرت کر عرض کیتی یا اللہ مکے نال مینوں بڑا پیار ہے ایتھے تیرا گھر ہے صفا مروہ تیریاں نشانیاں مینوں مکے نال بڑا پیار ہے اللہ فرمایا سونے تینوں مکے نال پیار ہے لیکن تیرے دے اندر خوشی محسوس کر جتھے میں تینوں ٹوڑنا پیا اودے نال مینوں بڑا پیار ہے یار ہتھاں نوں چھوڑ نہیں کہ مر جاں میں چھوڑ کے آ خوش ہوا فرمایا سونے جتھے تینوں میں ٹوڑنا پیا نا اودے نال مینوں بڑا پیار ہے میرے نبی چلدے ہیں صدیق دے دروازے تے حضرات میرے نبی چلدے ہیں چلدے ہیں ابو بکر صدیق دے دروازے تے آئے نہیں ہیں حضرات میرے نبی نے آ کے دروازہ کھٹکایا حضرت ابو بکر صدیق نے دروازہ کھولیا میرے نبی دا ہاتھ پیچھے نہیں ہویا ایک قدم پیچھے نہیں گیا میرے نبی فرمایا صدیق سلطان ہے عرض کیتی یا I'm
ਬੰਦਿਆਂ ਨੂੰ ਕਰ ਲਾਣਾ ਹੁੰਦਾ ਕੰਮ ਲਾਜਵਾਬ ਦਾ ਤਾਂ ਆਦਰੀ ਦੇ ਮੁੱਤ ਸ਼ਗਤ ਕੋ ਸਾਹਬਾ ਦਾ ਇਸ਼ਕ ਸਾਹਬਾ ਦਾ ਪਿਆਰ ਅੱਲਾਹ ਰੱਬੁਲ ਇੱਜ਼ਤ।